ਆਪਣੇ ਦੋਨੋਂ ਬੈਗ ਰੈਡੀ ਨੇ ਨਾਲ ਪਾਣੀ ਵਾਲੀ ਬੋਟਲ ਤੇ ਕੁਲਵਿੰਦਰ ਤੇ ਅੱਜ ਆਪਾਂ ਮੈਕਸੀਕੋ ਵਾਲੀ ਕੰਧ ਟੱਪਣ ਚੱਲੇ ਆ ਮੈਂ ਕੰਧ ਕੱਲ ਨੂੰ ਟੱਪਾਂਗੇ ਤੇ ਮੈਕਸੀਕੋ ਵਾਲੀ ਕੰਧ ਤਾਂ ਸ਼ਾਇਦ ਟੱਪਣੀ ਸੌਖੀ ਹੈ ਪਰ ਉੱਥੇ ਜ਼ਿਆਦਾ ਸਿਕਿਉਰਿਟੀ ਹੈ ਕਿਉਂ ਕੁਲਵਿੰਦਰ ਹਾਂ ਮੈਂ ਬਟ ਟਰੱਕ ਨੂੰ ਛੱਡਿਆਂਗਾ ਬਾਕੀ ਜਿਹੜਾ ਜੈਂਟ ਨੂੰ ਸੀ 40 ਲੱਖ ਰੁਪਏ ਨੇ ਸੀਗਾ ਉਹਦਾ ਕੰਮ ਨਹੀਂ ਆਇਆ ਹੈਗਾ ਠੀਕ ਹੈ ਇਸ ਕਰਕੇ ਯਾਰਾਂ ਦੇ ਵਿਸ਼ਵਾਸ ਰੱਖਿਆ ਕਰੋ ਉਹੀ ਟਪਾਉਂਗੇ ਤੁਹਾਨੂੰ ਮੈਕਸੀਕੋ ਵਾਲੀ ਕੰਧ ਆਪਣੀ ਹਰ ਟ੍ਰਿਪ ਪਟਿਆਲੇ ਤੋਂ ਸਟਾਰਟ ਹੋਈ ਹੈ ਸਿਰਫ ਰਾਜਸਥਾਨ ਵਾਲੀ ਨੂੰ ਛੱਡ ਕੇ ਤਾਂ ਇਹ ਵੀ ਆਪਾਂ ਨੇ ਪਟਿਆਲੇ ਤੋਂ ਸਟਾਰਟ ਕੀਤੀ ਹੈ ਤਾਂ ਮੈਂ ਸਿਟੀ ਤੋਂ ਬਾਹਰ ਜਾ ਰਿਹਾ ਕਿਉਂਕਿ ਉੱਥੋਂ ਹੀ ਲਿਫਟ ਲਵਾਂਗੇ ਕਿਉਂਕਿ ਸ਼ਹਿਰ 'ਚ ਤਾਂ ਆਟੋ ਮਿਲ ਜਾਂਦੇ ਨੇ ਤਾਂ ਕੋਈ ਰੋਕਦਾ ਨਹੀਂ ਕੋਈ ਸਾਧਨ ਬਾਹਰ ਕੋਈ ਇੰਨੇ ਆਪਸ਼ਨ ਨਹੀਂ ਹੁੰਦੇ ਤਾਂ ਬੰਦਾ ਰੋਕ ਲੈਂਦਾ ਨਾ ਵੀ ਲੋੜ ਹੈ ਅਸੀਂ ਅੱਜ ਦੇ ਦਿਨ ਦੀ ਪਹਿਲੀ ਟ੍ਰਿਪ ਲੈਣ ਵਾਸਤੇ ਖੜ੍ਹੇ ਹਾਂ ਯੂਨੀਵਰਸਿਟੀ ਤੋਂ ਬਾਹਰ ਦੇਖਦੇ ਹਾਂ ਇੱਧਰੋਂ ਇੱਕ ਇੱਧਰੋਂ ਯੂਨੀਵਰਸਿਟੀ ਵਾਲੀ ਸੜਕਾਂ ਦੀ ਇੱਕ ਇੱਧਰੋਂ ਮੇਨ ਆਉਂਦਾ ਆਟੋ ਵਾਲੇ ਰੋਕ ਲੈਂਦੇ ਨੇ ਪਰ ਆਟੋ ਦੇ ਤਾਂ ਚੜ੍ਹਨਾ ਨਹੀਂ ਪਹਿਲੇ 4-5 ਦਿਨ ਤਾਂ ਮਾਹੌਲ 'ਚ ਡਿਵੈਲਪ ਹੋਣ ਵਾਸਤੇ ਹੀ ਲੱਗਣਗੇ ਨਾ ਆਦਤ ਪਊਗੀ ਅੱਜ ਦੀ ਆਪਾਂ ਨੂੰ ਪਹਿਲੀ ਲਿਫਟ ਮਿਲ ਗਈ ਰਾਜਪੁਰੇ ਦੀ ਅੰਕਲ ਨੇ ਟਰੱਕ ਰੋਕਿਆ ਅੰਕਲ ਨੇ ਸਾਨੂੰ ਲਿਫਟ ਦਿੱਤੀ ਹੈ ਪਹਿਲੀ ਪਟਿਆਲਾ ਟੂ ਰਾਜਪੁਰਾ 20 ਕਿਲੋਮੀਟਰ ਦੀ ਬਹੁਤ ਥੈਂਕ ਯੂ ਅੰਕਲ ਜੀ ਤੁਹਾਡਾ ਥੈਂਕ ਯੂ ਅੰਕਲ ਜੀ ਆਪਾਂ ਉਤਰ ਗਏ ਤੇ ਬਾਪੂ ਨੇ ਲਿਫਟ ਦਿੱਤੀ ਸਾਨੂੰ ਰਾਜਪੁਰੇ ਤੱਕ 20 ਕਿਲੋਮੀਟਰ ਜਿਵੇਂ ਉਹ ਕਰਨ ਔਜਲਾ ਕਹਿੰਦਾ ਹੁੰਦਾ ਹੈ ਨਾ ਖੰਨੇ ਉਹ ਕਰਾ ਕੇ ਮੁੱਛ ਕੁੰਡੀ ਗੋਰੀਏ ਚੰਡੀਗੜ੍ਹ ਜਾਵਾਂ ਰਾਜਪੁਰੇ ਵਿੱਚ ਦੀ ਅਤੇ ਮੈਂ ਉਲਟ ਬਣਾਇਆ ਥੋੜ੍ਹਾ ਜਿਹਾ ਕਿ ਕੁਲਵਿੰਦਰ ਦੇ ਕੋਲ ਕੱਟੀ ਰਾਤ ਗੋਰੀਏ ਕੇਰਲਾ ਨੂੰ ਜਾਈਏ ਰਾਜਪੁਰੇ ਵਿੱਚ ਦੀ ਮਹੀਨਿਆਂ ਤੋਂ ਧਰਨੇ 'ਤੇ ਸਾਡੇ ਪੁਰਖੇ ਨੇ ਬੈਠੇ ਮੈਨੂੰ ਹਿੱਲਦੀ ਨਾ ਇਹ ਦਿੱਲੀ ਦਿਸਦੀ ਹਿੱਲਦੀ ਨਾ ਦਿੱਲੀ ਦਿਸਦੀ ਤਾਂ ਦਿੱਲੀ ਹਿੱਲਦੀ ਨਹੀਂ ਦਿਸਦੀ ਹਰਿਆਣੀ ਪਊਗੀ ਪਰ ਸੰਘਰਸ਼ ਵੀ ਜਾਰੀ ਹੈ ਤਾਂ ਜ਼ਿੰਦਗੀ ਦਾ ਜਿਹੜਾ ਪਹਿਲਾ ਨਿਯਮ ਹੈ ਸੰਘਰਸ਼ ਹੀ ਹੈ ਅਤੇ ਮੰਜ਼ਿਲ 'ਤੇ ਜ਼ਿੰਦਗੀ ਇਨਸਾਨ ਨੂੰ ਬਹੁਤ ਵਧੀਆ ਲੱਗਦੀ ਹੈ ਅਤੇ ਮੌਤ 'ਤੇ ਰਾਹ ਤੋਂ ਹਰ ਕੋਈ ਕਤਰਾਉਂਦਾ ਠੀਕ ਹੈ ਰਾਜਪੁਰੇ ਤੋਂ ਸਾਨੂੰ ਦੂਜੀ ਲਿਫਟ ਮਿਲ ਗਈ ਸਿੱਧੀ ਸ਼ੰਭੂ ਬਾਰਡਰ ਦੀ ਸਰ ਤੁਸੀਂ ਲੱਗਦਾ ਮੈਡੀਕਲ ਫੀਲਡ ਨਾਲ ਰਿਲੇਟਡ ਹੋ ਅਤੇ ਉੱਥੇ ਸੇਵਾ ਕਰ ਰਹੇ ਨਹੀਂ ਮੇਰੀ ਸ਼ੌਪ ਹੈ ਸ਼ੰਭੂ ਅੱਛਾ ਥੈਂਕ ਯੂ ਸਰ ਥੈਂਕ ਯੂ ਐਕਚੁਲੀ ਕਲੋਨ ਹੋ ਗਈ ਜਦੋਂ ਬਾਈ ਨੇ ਕਿਹਾ ਵੀ ਮੈਂ ਸ਼ੰਭੂ ਜਾ ਰਿਹਾ ਹੈ ਨਾ ਮੈਨੂੰ ਹੋ ਗਿਆ ਮਤਲਬ ਕਿਤੇ ਉਹ ਸ਼ੰਭੂ ਬਾਰਡਰ ਕਹਿੰਦਾ ਹੈ ਨਾ ਦਿੱਲੀ ਵਾਲਾ ਪਰ ਇਹ ਉਹ ਸ਼ੰਭੂ ਹੈ ਜਿਹੜਾ ਅੰਬਾਲੇ ਕੋਲ ਹੈ ਜਿੱਥੇ ਪਹਿਲਾਂ ਬੈਰੀਕੇਡਿੰਗ ਕੀਤੀ ਹੋਈ ਸੀ ਹੈ ਨਾ ਤਾਂ ਅੰਬਾਲੇ ਤੋਂ 10 ਕੁ ਕਿਲੋਮੀਟਰ ਦੂਰ ਹੀ ਹੈ ਤਾਂ ਪਹਿਲਾਂ ਤਾਂ ਉਹ ਖੁਸ਼ੀ ਹੋ ਗਈ ਮੈਂ ਚੱਲ ਸਿੱਧੀ ਦਿੱਲੀ ਦੀ ਲਿਫਟ ਮਿਲ ਗਈ ਫਿਰ ਚੱਲ ਕੋਈ ਨਾ ਹੋਰ ਟਰਾਈ ਕਰਦੇ ਹਾਂ ਤਾਂ ਬੜਾ ਘੈਂਟ ਐਕਸਪੀਰੀਅੰਸ ਹੈ ਨਾ ਹਿਚਾਈਕਿੰਗ ਵਾਲਾ ਦੋ ਲਿਫਟਾਂ ਆਪਾਂ ਨੂੰ ਮਿਲ ਗਈਆਂ ਹੁਣ ਤੱਕ ਇਹ ਤੀਜੀ ਟਰਾਈ ਕਰਦੇ ਹਾਂ ਮੇਨ ਹਾਈਵੇ ਦਿੱਲੀ ਵਾਲਾ ਅੰਬਾਲੇ ਵਾਲਾ ਜਿਹੜਾ ਅੰਮ੍ਰਿਤਸਰ ਤੋਂ ਆਉਂਦਾ ਤੀਜੀ ਹਿਚੈਕਿੰਗ ਆਪਾਂ ਟਰਾਈ ਕਰਦੇ ਹਾਂ ਤੀਜੀ ਲਿਫਟ ਮੈਨੂੰ ਲੱਗਦਾ ਮਿਲ ਗਈ ਟਰੱਕ ਵਾਲੇ ਨੇ ਰੋਕ ਲਿਆ ਟਰੱਕ ਵਾਲੇ ਨੇ ਰੋਕ ਤੀਜੀ ਲਿਫਟ ਸਾਡੇ ਭਾਈ ਨੇ ਦਿੱਤੀ ਹੈ ਮੂਰਥਲ ਤੱਕ ਦੀ ਆਪਾਂ ਨੂੰ ਲਿਫਟ ਮਿਲ ਗਈ ਮੈਂ ਦਿੱਲੀ ਪਹੁੰਚ ਜਾਵਾਂ ਸਾਡੇ ਭਾਈ ਨੇ ਲਿਫਟ ਦਿੱਤੀ ਸੀ ਬਹੁਤ ਬਹੁਤ ਥੈਂਕ ਯੂ ਬਰੋ ਤੁਹਾਡਾ ਅਤੇ ਮੂਰਥਲ ਰਹਿ ਗਿਆ 50 ਕਿਲੋਮੀਟਰ ਦਿੱਲੀ 95 ਅਤੇ ਇੱਥੇ ਪਿੱਛੇ ਟੋਲ ਪਲਾਜ਼ਾ ਸੀ ਉੱਥੇ ਉੱਤਰ ਗਏ ਕਿਉਂਕਿ ਉੱਥੇ ਵਾਹਨ ਹੈ ਨਾ ਹੌਲੀ ਹੁੰਦੀ ਹੈ ਸਪੀਡ ਸਲੋਅ ਹੁੰਦੀ ਹੈ ਤਾਂ ਪ੍ਰੋਬੇਬਿਲਿਟੀ ਜ਼ਿਆਦਾ ਹੈ ਨਾ ਵੱਧ ਜਾਂਦੀ ਹੈ ਲਿਫਟ ਦੇਣ ਦੀ ਤੁਹਾਡੀ ਦਿੱਲੀ ਜਾਣਾ ਜੀ ਦਿੱਲੀ ਜਾਣਾ ਜੀ ਦਿੱਲੀ ਜਾਣਾ ਰਵਾਜ਼ਾ ਹੋ ਮਨਜੀਤ ਪੂਰੇ ਇੰਡੀਆ ਮੈਂ ਕਹੀਂ ਵੀ ਜ਼ਰੂਰਤ ਹੋ ਨਾ ਕਿਸੇ ਵੀ ਚੀਜ਼ ਕੀ ਮੇਰੇ ਕੋ ਫੋਨ ਕਰ ਦੇਣਾ ਕਿਸੇ ਵੀ ਸਟੇਟ ਮੈਂ ਕਹੀਂ ਵੀ ਕੋਈ ਵੀ ਜ਼ਰੂਰਤ ਹੋ ਨਾ ਮੇਰੇ ਕੋ ਫੋਨ ਕਰ ਦੇਣਾ ਇਹ ਮਨਜੀਤ ਕਹਾਂ ਸੇ ਹੋ ਆਪ ਮੈਂ ਹੂੰ ਚੰਡੀਗੜ੍ਹ ਸੇ ਚੰਡੀਗੜ੍ਹ ਸੇ ਇਹਨਾਂ ਨੇ ਹਮੇ ਲਿਫਟ ਮੈਂ ਹੈਲਪ ਕੀ ਹੈ ਕੀਪ ਇਟ ਅਪ ਆਪਾਂ ਦਿੱਲੀ ਪਹੁੰਚ ਗਏ ਅਤੇ ਆਪਣੇ ਭਰਾ ਹੈ ਰਵੀ ਬਹੁਤ ਹੈਲਪ ਕੀਤੀ ਥੈਂਕਸ ਅ ਲੋਟ ਬ੍ਰੋ ਅਤੇ ਆਪਣਾ ਬ੍ਰੋ ਹੈ ਭਾਰਤ ਭਾਰਤ ਆਪਾਂ ਘੁੰਮਣ ਚੱਲੇ ਹਾਂ ਅਤੇ ਸਾਨੂੰ ਦੱਸੂਗਾ ਅੱਗੇ ਰਾਹ ਓਕੇ ਬ੍ਰੋ ਆਓ ਦਿੱਲੀ ਦੀ ਆਹੀ ਖਾਸੀਅਤ ਹੈ ਦਿੱਲੀ ਆਏ ਅਤੇ ਮਾਸਕ ਲੱਗ ਗਿਆ ਕਿਉਂਕਿ ਮਾਸਕ ਲਾਉਣਾ ਜ਼ਰੂਰੀ ਹੈ ਨਹੀਂ ਚਲਾਨ ਹੋ ਜੂਗਾ ਅਤੇ 2000 ਦਾ ਚਲਾਨ ਹੈ ਬੰਦੇ ਦਾ ਹੁਣ ਆਪਾਂ ਜਾਣਾ ਚਾਂਦਨੀ ਚੌਂਕ ਤਾਂ ਮੈਟਰੋ ਲੈਣੀ ਹੈ ਮੈਟਰੋ ਦਾ ਕਾਰਡ ਬਣਾਉਂਦੇ ਹਾਂ ਪਹਿਲਾਂ ਇਹ 150 ਦਾ ਬਣਿਆ ਮੈਟਰੋ ਕਾਰਡ ਇਹ 'ਚ 100 ਰੁਪਈਆ ਬੈਲੈਂਸ ਆਉਂਦਾ 50 ਰੁਪਈਆ ਸਿਕਿਉਰਿਟੀ
ਜਦੋਂ ਤੁਸੀਂ ਇਹ ਜਮ੍ਹਾਂ ਕਰਾਓਗੇ ਤਾਂ ਤੁਹਾਨੂੰ 50 ਰੁਪਏ ਵਾਪਸ ਮਿਲ ਜਾਣਗੇ। ਆਪਾਂ ਦਿੱਲੀ ਪਹੁੰਚ ਗਏ ਅਤੇ ਅੱਜ ਦਾ ਬਲੌਗ ਇੱਥੇ ਤੱਕ ਸੀ। ਜੇ ਵਧੀਆ ਲੱਗਿਆ ਲਾਈਕ ਕਰੀਓ, ਸ਼ੇਅਰ ਕਰੀਓ, ਜੇ ਨਵੇਂ ਹੋ ਸਬਸਕ੍ਰਾਈਬ ਕਰੀਓ ਅਤੇ ਕੱਲ੍ਹ ਨੂੰ ਤੁਹਾਨੂੰ ਘੁੰਮਾਵਾਂਗੇ ਦਿੱਲੀ।